आम आदमी पार्टी के आगू सतेंद्र जैन दी मुश्किलां फिर वध चुकियां ने। दस दिए कि खबर आ रही है कि उन्होंने फिर जिहड़ा है जेल दे विच ही रहना पै सकदा कुछ समा होर। जिस तरीके नाल मनी लॉन्ड्रिंग का केस चलिया सीगा उन्हां दे उत्ते अप्रैल दे विच, कहा जाता है कि ईडी जदों उन्हां दे घर रेड पई सीगी, उस तों बाद उन्हां दी कंपनियां दे विच दफ्तरां दे विच जदों रेड पई ते 5 करोड़ तक की जायदाद दे उन्हां दी कुरकी भी की गई सी ईडी दे वल्लों, और उन्हां दे उत्ते लगातार दोष लगे सीगे कि उन्होंने कुछ शैल कंपनियां बनाईयां सी दिल्ली दे विच अते नाल ही कोलकाता दे विच 3 जो हवाला ओपरेटर सीगे उन्हां दे नाल जो है काले धन नूं सफेद जो कीता सीगा पैसे नूं उहदी भी रकम जिहड़ी लगभग 17 तों 20 करोड़ दे विच सीगी। उस तों बाद मई दे विच 30 मई नूं उन्हां नूं गिरफ़्तार किया जांदा, उस तों बाद हुण तक जिहड़े ने उह जेल दे विच बंद ने। बीते दिन ही उन्हां दी सुनवाई चल रही सी रिहाई ਨੂੰ ਲੈ ਕੇ 16 ਨਵੰਬਰ ਦੀ। ਬੀਤੇ ਦਿਨ ਦੀ ਜੇਕਰ ਗੱਲ ਕਰੀਏ ਤਾਂ ਮੈਟਰ ਟਾਈਪ ਹੋਣਾ ਰਹਿ ਗਿਆ ਸੀ। ਸਤਿੰਦਰ ਜੈਨ ਦੇ ਕਰੀਬੀ ਜਿਹੜੇ ਅੰਕੁਸ਼ ਵੈਭਵ ਨੇ ਔਰ ਨਾਲ ਹੀ ਉਹਨਾਂ ਦੇ ਇੱਕ ਹੋਰ ਕਰੀਬੀ ਨੇ ਗੌਰਵ ਜੈਨ, ਉਹਨਾਂ ਦੀਆਂ ਮੁਸ਼ਕਲਾਂ ਵੀ ਵੱਧ ਗਈਆਂ ਨੇ, ਉਹਨਾਂ ਨੂੰ ਵੀ ਜੇਲ 'ਚ ਰਹਿਣਾ ਪੈ ਸਕਦਾ। ਅਦਾਲਤ ਨੇ ਕਿਹਾ ਸੀਗਾ ਰਾਊਜ਼ ਅਵੈਨਿਊ ਕੋਰਟ ਜਿੱਥੇ ਸਰਕਾਰੀ ਵਕੀਲਾਂ ਦੇ ਔਰ MLAs ਦੇ ਕੇਸ ਚੱਲਦੇ ਨੇ, ਸੁਣਵਾਈ ਹੁੰਦੀ ਆ, ਉਸ ਰਾਊਜ਼ ਅਵੈਨਿਊ ਕੋਰਟ ਵੱਲੋਂ ਜੋ ਹੈ ਕੱਲ੍ਹ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀਗਾ, ਕਿਉਂਕਿ ਹਲੇ ਗੌਰਵ ਜੈਨ ਦਾ ਮੈਟਰ ਟਾਈਪ ਹੋਣਾ ਬਾਕੀ ਸੀਗਾ ਅਤੇ ਅਦਾਲਤ ਨੇ ਕਿਹਾ ਸੀ ਫੈਸਲਾ ਤਿੰਨਾਂ ਦਾ ਮੈਟਰ ਟਾਈਪ ਹੋਣ ਤੋਂ ਬਾਅਦ ਇਕੱਠੇ ਸੁਣਾਇਆ ਜਾਏਗਾ। ਲੇਕਿਨ ਮੈਟਰ ਕੱਲ੍ਹ ਟਾਈਪ ਹੋਣ ਵਿੱਚ ਦੇਰੀ ਹੋ ਗਈ ਸੀ ਅਤੇ ਫੈਸਲਾ ਅੱਜ ਵਾਸਤੇ ਸੁਰੱਖਿਅਤ ਰੱਖ ਲਿਆ ਗਿਆ ਸੀਗਾ, ਲੇਕਿਨ ਅੱਜ ਜੋ ਫੈਸਲਾ ਸੁਣਾਇਆ ਗਿਆ ਉਸ ਨਾਲ ਮੁਸ਼ਕਲਾਂ ਜਿਹੜੀਆਂ ਇੱਕ ਵਾਰ ਫਿਰ ਤੋਂ ਵੱਧ ਚੁੱਕੀਆਂ ਨੇ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਜੈਨ ਜਿਹੜੇ ਨੇ ਉਹ ਹਲੇ ਵੀ ਜੇਲ੍ਹ 'ਚ ਬੰਦ ਨੇ ਅਤੇ ਅੱਗੇ ਵੀ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜੇਲ੍ਹ 'ਚ ਹੀ ਬੰਦ ਰਹਿਣਾ ਪੈ ਸਕਦਾ। ਜਿਸ ਤਰੀਕੇ ਨਾਲ ਉਹਨਾਂ 'ਤੇ ਕਾਰਵਾਈ ਹੁੰਦੀ ਈਡੀ ਦੀ, ਅਪ੍ਰੈਲ ਤੋਂ ਹੀ ਲਗਾਤਾਰ ਉਹਨਾਂ ਦੇ ਪੁੱਛਗਿੱਛ ਜਾਰੀ ਹੋ ਗਈ ਸੀ, ਉਹਨਾਂ ਦੇ ਠਿਕਾਣਿਆਂ 'ਤੇ ਰੇਡ ਪੈਣੀ ਸ਼ੁਰੂ ਹੋ ਗਈ ਸੀ, ਜਿਸ ਤੋਂ ਬਾਅਦ ਗੌਰਵ ਜੈਨ ਜਿਹੜੇ ਨੇ ਅੰਕੁਸ਼ ਜੈਨ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦਾ, ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂ ਸਤਿੰਦਰ ਜੈਨ ਨੂੰ 30 ਮਈ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਅਤੇ ਹੋਰ ਵੀ ਈਡੀ ਨੇ ਕਾਫੀ ਥਾਵਾਂ ਦੇ ਉੱਤੇ ਜਿਹੜੇ ਇਹਨਾਂ ਕੇਸਾਂ ਨੂੰ ਲੈ ਕੇ ਰੇਡ ਮਾਰੀ ਸੀਗੀ ਅਤੇ ਕਾਫੀ ਕੁਝ ਜਿਹੜਾ ਬਰਾਮਦ ਵੀ ਹੋਇਆ ਸੀਗਾ, ਜਿਸ ਤੋਂ ਬਾਅਦ ਇਹਨਾਂ ਦੀ 5 ਕਰੋੜ ਦੀ ਜਾਇਦਾਦ ਦੀ ਜਿਹੜੀ ਹੈ ਕੁਰਕੀ ਕੀਤੀ ਗਈ ਸੀ, ਔਰ 17 ਤੋਂ 20 ਕਰੋੜ ਰੁਪਇਆ ਜਿਹੜਾ ਹੈ ਉਸਨੂੰ ਬਲੈਕ ਮਨੀ ਤੋਂ ਵਾਈਟ ਮਨੀ ਕਰਨ ਦਾ ਜੋ ਹੈ ਕੰਮ ਸਤਿੰਦਰ ਜੈਨ ਨੇ ਕੀਤਾ ਸੀਗਾ, ਜਿਸ ਨੂੰ ਲੈ ਕੇ ਅੱਜ ਵੀ ਉਹ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਨੇ। ਤੁਸੀਂ ਲਗਾਤਾਰ ਡੀਫਾ ਚੈਨਲ ਪੰਜਾਬੀ ਦੇ ਨਾਲ ਜੁੜੇ ਹੋ, ਅਸੀਂ ਪਲ ਪਲ ਦੀ ਜਾਣਕਾਰੀ ਅਪਡੇਟਸ ਹਮੇਸ਼ਾ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ, ਡੀਫਾ ਚੈਨਲ ਪੰਜਾਬੀ, ਦਿੱਲੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।